ਦਾ ਦੇਣ ਆ, ਸਾਡਾ ਕੰਪੀਟੀਸ਼ਨ ਆ, ਆਪਣੇ ਕੋਲ ਭਾਈ ਹੁਣੀ ਮੁਨਸਫ ਆਏ। ਭਾਅ ਜੀ ਕੀ ਨਾਮ ਆਪਣਾ? ਲਓ ਭਾਈ ਜਾਨ, ਆ ਪਹਿਲੇ ਜੌਂ ਸਿਰੇ ਕਬੂਤਰ ਨੂੰ ਲੱਗੀ ਲੱਗਣ ਮੋਹਰ। ਜੌਂ ਸਿਰਾ ਕੱਲ ਦੁੰਬਾ ਕਿੱਥੇ ਲਾਉਣੀ, ਦੁੰਮ 'ਤੇ ਜਾਂ ਕਿੱਥੇ? ਇਹ ਦੇਖੋ ਭਾਈ ਜਾਨ, ਇਹ ਮੋਹਰ ਲੱਗਣ ਦੀ ਆ ਜੀ। ਆ ਜਿਹੜਾ ਹੁਣ ਜੇਠ ਲੰਘਿਆ ਉਹਦੇ ਵਿੱਚ, ਇਹ ਮੇਰੇ ਇਸੇ ਜੌਂ ਸਿਰੇ ਕਬੂਤਰ ਨੂੰ, ਜਿਹੜੇ ਕਬੂਤਰ ਦੇ ਬਾਰੇ 'ਚ ਹੁਣ ਮੈਂ ਤੁਹਾਨੂੰ ਵੀਡੀਓ ਲਾਉਣ ਲੱਗਾ ਜੀ। ਇਹ ਬੰਦੇ ਨੇ ਮੋਹਰ ਲਾਈ ਔਰ ਮੈਂ ਛੱਡ ਦਿੱਤਾ ਸਰ। ਹੁਣ ਇਹ ਦੂਸਰੇ ਕਬੂਤਰ ਇਹ ਚੈੱਕ ਕਰੋ ਜੀ, ਮੋਹਰ ਲੱਗਣ ਦੀ ਆ ਮਾਸ਼ਾਅੱਲਾ ਜੀ। ਇਹ ਕਬੂਤਰ ਨੂੰ ਲੱਗ ਗਈ ਮੋਹਰ, ਠੀਕ ਆ ਭਾਅ ਜੀ। ਮੈਂ ਕਿਹਾ ਦੋਸਤਾਂ ਨੂੰ ਗਾਈਡ ਜ਼ਰਾ ਕਰਾਂ ਕਿ ਇਹ ਦੇਖੋ, ਸਾਖੀ ਝੂਠ ਨਹੀਂ ਮਾਰਦਾ। ਇਸ ਸਾਲ 2024 ਦੀ ਗੱਲ ਆ ਜੀ। ਅਤੇ ਇਹ ਦੇਖੋ ਕਬੂਤਰ ਜੀ, ਵੈਲਕਮ ਹੋ ਗਿਆ ਜੀ ਪਿਜਨ ਕਾਰਨਰ ਚੈਨਲ 'ਚ। ਲਓ ਜੀ ਭਾਈ ਜਾਨ, ਪੂਰੇ ਸਾਲ ਬਾਅਦ ਗੱਗੂ ਤੇਲੀ ਮੁੜ ਕੇ ਆ ਗਿਆ ਮੇਰਾ ਜਨਾਬ। ਗੱਗੂ ਤੇਲੀ ਜੌਂ ਸਿਰਾ ਕੱਲ ਦੁੰਬਾ, ਨੇਰ ਤੂਫਾਨ ਬਾਰਿਸ਼ ਹਰ ਮੌਸਮ ਇਸ ਕਬੂਤਰ ਨੇ ਬਰਦਾਸ਼ਤ ਕੀਤਾ ਭਾਈ ਜਾਨ। ਇਹ ਮਾਸ਼ਾਅੱਲਾ ਤੁਰਿਆ ਫਿਰਦਾ ਜੀ। ਮੈਂ ਤੁਹਾਨੂੰ ਸ਼ੌਕ ਕਰਾਉਂਦਾ, ਬੜੀ ਖੁਸ਼ੀ ਹੋਈ ਜੀ। ਬੱਚੇ ਬੁੱਚੇ ਢਾਏ, ਉਹ ਵੀ ਪੂਰੇ ਕਰਨ ਦਿਆਂ, ਕਿਹੜਾ ਕਿਹੜਾ ਬੈਠਾ ਤਾਂ ਕਿਹੜਾ ਕਿਹੜਾ ਰਹਿ ਗਿਆ। ਉਹ ਸੁਰਖਾ ਵੀ ਬਹਿ ਗਿਆ, ਕਿ ਰੈਡ ਰੋਜ਼ ਵੀ ਬਹਿ ਗਿਆ ਮਾਸ਼ਾਅੱਲਾ। ਉਹ ਭਾਈ ਜਾਨ ਮੇਰਾ ਗੱਗੂ ਤੇਲੀ, ਇਹ ਪਤਾ ਕਿੱਥੇ ਫੜ ਹੋਇਆ ਸੀਗਾ? ਇਹ ਮੀਰਪੁਰ ਬੰਗਲਾ ਕੋਈ ਆ ਸਾਡੇ ਫੈਸਲਾਬਾਦ 'ਚ, ਤਕਰੀਬਨ ਕੋਈ 150 ਕਿਲੋਮੀਟਰ ਸਫ਼ਰ 'ਤੇ ਆ। ਇਹਦੇ ਕੜੀ ਵੀ ਪਾਈ ਪੈਰ ਦੇ ਵਿੱਚ। ਹੁਣੇ ਮੈਂ ਦੇਖਣੀ ਵੀ ਮੇਰੀ ਟੈਲੀਫੋਨ ਨੰਬਰ ਵਾਲੀ ਕੜੀ ਪਾਈ ਕਿ ਦੂਸਰੀ ਕੜੀ ਪਾਈ। ਮਾਸ਼ਾਅੱਲਾ ਜੀ, ਇਹਦਾ ਮਤਲਬ ਬਾਜ਼ੀਆਂ ਚੁੜੇਗਾ ਸ਼ਹਿਜ਼ਾਦਾ ਮੇਰਾ, ਐਸੇ ਵਾਰੀ ਉੜੇਗਾ। ਇਹ ਜੇਠ ਦੇ ਵਿੱਚ ਭਾਅ ਜੀ 3-3, 4-4 ਵਜੇ ਤੱਕ ਜੌਂ ਸਿਰਾ ਕੱਲ ਦੁੰਬਾ ਕਬੂਤਰ ਉੜਿਆ ਮੇਰਾ। ਅੱਜ ਬਾਰਡਰ ਵਾਪਸ ਮੁੜ ਕੇ ਆਇਆ ਵਾ, ਮੈਨੂੰ ਬੜੀ ਖੁਸ਼ੀ ਹੋਈ ਭਾਅ ਜੀ। ਮੈਂ ਹੁਣ ਇਹਨੂੰ ਲਾ ਲਵਾਂ, ਫਿਰ ਮੈਂ ਤੁਹਾਨੂੰ ਮੈਂ ਸ਼ੌਕ ਕਰਾਉਂਦਾ ਜੀ। ਮਾਸ਼ਾਅੱਲਾ ਥੱਲੇ ਉਤਰਿਆ ਜੀ। ਹਾਂਜੀ, ਹੁਣ ਆਪਣਾ ਉੱਤੇ ਕੂੜਨ ਤਾਂ ਨਹੀਂ ਦਿਆ ਕਬੂਤਰ? ਬੱਚੇ ਬੁੱਚੇ ਉਡਾ ਲਈ ਦੇ ਰੋਜ਼ ਹੀ ਵਾਹਵਾ ਸਾਰੇ, ਅਤੇ ਫਿਰ ਬਿਠਾ ਲਈਦੇ ਆ ਜੀ। ਹਾਂਜੀ, ਇਹਨੂੰ ਹੁਣ ਮੈਂ ਡੱਕਣ ਲੱਗਾ ਤਰੀਕੇ ਦੇ ਨਾਲ ਡੱਕ ਕੇ, ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਜਨਾਬ। ਕਬੂਤਰ ਆਪਾਂ ਆਪਣਾ ਵਿੱਚ ਸਿੱਟ ਲਿਆ ਜੀ ਮਾਸ਼ਾਅੱਲਾ, ਅੱਲਾ ਦੀ ਰਹਿਮਤ ਦੇ ਨਾਲ। ਮੈਂ ਕਿਹਾ ਦੋਸਤਾਂ ਨੂੰ ਸ਼ੌਕ ਕਰਾਂ, ਯਕੀਨ ਕਰੋ ਇਹਦੀਆਂ ਵੀਡੀਓ ਵੀ ਲੱਗੀਆਂ ਵਾ। ਮੇਰੀ ਪੁਰਾਣੀ ਵੀਡੀਓ ਤੁਸੀਂ ਦੇਖੋਗੇ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਜਨਾਬ ਕਿ ਇਹ ਕਬੂਤਰ ਮੈਂ ਮਾਸ਼ਾਅੱਲਾ ਜੀ ਪਿਛਲੇ ਸਾਲ ਮੇਰਾ ਜੇਠ ਦੀਆਂ ਪਰਵਾਜ਼ਾਂ ਤੋਂ ਪਹਿਲੇ ਗਵਾਚਾ ਸੀਗਾ। ਬੜਾ ਵੱਡਾ ਨਾਗ ਸੀਗਾ ਜੀ ਇਹ ਮੇਰਾ। ਇਹ ਮਾਸ਼ਾਅੱਲਾ ਬੈਠਾ, ਮੈਂ ਹੁਣ ਤੁਹਾਨੂੰ ਫੜ ਕੇ ਨਾ ਸ਼ੌਕ ਕਰਾਉਣਾ ਇਨਸ਼ਾਅੱਲਾ। ਇੱਥੇ 2 ਰੱਖਣੀਆਂ ਕਹਿੰਦਾ ਹੈਗੀ ਆ, ਫੜ ਜਰਾ ਮੋਬਾਈਲ ਫੜੀ ਮੇਰਾ, ਉਹ ਗਿੱਲਾ ਨਾ ਕਰ। ਬਿਸਮਿਲ੍ਲਾ ਬੰਦ ਕਰ। ਗੱਗੂ ਤੇਲੀ ਜੀਓ, ਗੱਗੂ ਅੱਗੇ ਜੱਗੂ ਅੱਗੇ ਇੱਕ ਦਿਨ ਕੱਦੂ ਰੱਖਿਆ, ਇੱਕ ਦਿਨ ਗੱਗੂ ਤੇਲੀ। ਸਰ ਟੈਲੀਫੋਨ ਨੰਬਰ ਕੜੀ ਉਹਨਾਂ ਨੇ ਆਪਣੀ ਪਾਈ ਆ ਜੀ, ਆਪਾਂ ਫੋਨ ਵੀ ਕਰਾਂਗੇ ਜਨਾਬ। ਸਰ ਇਹ ਮਾਸ਼ਾਅੱਲਾ ਕਬੂਤਰ ਜੀ ਮੇਰਾ, ਇੱਧਰਲੇ ਪਾਸੇ ਆ, ਇੱਧਰ ਪਾਸੇ ਇਹ ਚੈੱਕ ਕਰੋ ਸਰ। ਇਹ ਕਬੂਤਰ ਸਰ ਮੇਰਾ ਜੇਠੀ ਕਬੂਤਰ, ਨੇਰ ਤੂਫਾਨ ਬਾਰਿਸ਼ ਇੱਕ ਤੇ ਘਰ ਜ਼ਰਾ। ਇਹ ਮੇਰੇ ਲਾਖੇ ਕਬੂਤਰਾਂ ਦੇ ਨਾਲ ਉੱਡਦਾ ਰਿਹਾ ਜੌਂ ਸਿਰਾ ਕੱਲ ਦੁੰਬਾ ਕਬੂਤਰ ਜੀ ਮਾਸ਼ਾਅੱਲਾ, ਕਾਲੀ ਨੋਕ ਵਾਲਾ ਚੈੱਕ ਕਰੋ, ਠੀਕ ਆ ਜੀ। ਇਹ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ, ਨਵਾਂ ਹੀ ਲੈਸ ਕਰਕੇ ਦਿੱਤਾ ਕਿਸੇ ਨੇ, ਬਸ 2 ਦਿਨ ਇੱਥੇ ਥੱਲੇ ਰੱਖਣਾ ਆਪਾਂ। ਇਹ ਪੱਲੇ ਆ ਜੀ, ਤੁਹਾਡੇ ਸਾਹਮਣੇ ਸਰ ਉਡਾਊਂਗਾ, ਤੁਹਾਡੇ ਸਾਹਮਣੇ ਉਡਾਊਂਗਾ ਜਿਹਨੇ ਇਹ ਕਾਲੀ ਕੱਲੀ ਵਾਲਾ। ਔਰ ਇਹ ਟੈਲੀਫੋਨ ਨੰਬਰ ਵਾਲੀ ਕੜੀ ਵਾਲੇ ਨੂੰ ਜਿਹੜਾ ਆਪਾਂ ਭਾਈ ਕਾਲ ਵੀ ਕਰਾਂਗੇ, ਇਹ ਲਾਤੀ ਕੜੀ। ਰੰਗ ਵੀ ਇਹਨੂੰ ਕਿਸੇ ਨੇ ਨਵੀਂ ਲਾ ਕੇ, ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ, ਸਾਰਾ ਪੁਰਾਣਾ ਰੰਗ ਮੇਰਾ ਲੱਗਾ ਹੀ ਆ। ਇਹ ਮੇਰੇ ਪੁਰਾਣੇ ਰੰਗ ਲੱਗੇ ਜੀ, ਆਹ ਕਿਸੇ ਨੇ ਨਵਾਂ ਰੰਗ ਲਾਇਆ ਜੀ, ਇੱਥੇ ਦੇ ਇੱਥੇ ਪੰਜੇ ਵੀ ਖੁਸ਼ਕ ਗਿਆ ਰਹੇ। ਆਓ ਜੀ ਚੋਰ ਸਾਹਿਬ, ਲਿਓ ਜ਼ਰਾ ਮੋਬਾਈਲ, ਦਿਓ ਜ਼ਰਾ ਇਹਨੂੰ ਅੰਦਰ ਛੱਡਾਂ, ਨਾਲੇ ਫੋਨ ਕਰੀਏ ਬੰਦੇ ਨੂੰ ਵੀ ਮਾਮਾ ਸਾਡਾ ਕਬੂਤਰ ਫੜ ਕੇ ਦਿੱਤਾ ਨਹੀਂ ਤੂੰ, ਆਪਣੀ ਕੜੀ ਪਾ ਕੇ ਭੇਜ ਦਿੱਤਾ, ਕਿੱਥੋਂ ਆਇਆ ਕਬੂਤਰ? ਵੈਸੇ ਹੀ ਪੁੱਛਣਾ ਜ਼ਰਾ, ਫੇਰ ਕਰਾਂਗੇ ਤੁਹਾਡੇ ਨਾਲ ਗੱਲ, ਦੇਖਦੇ ਹਾਂ। ਦੂਸਰੇ ਨੰਬਰ ਤੋਂ ਕੋਸ਼ਿਸ਼ ਕਰਦੇ, ਇਹਦੇ ਵਿੱਚ ਸੇਮ ਹੋਵਾਂ, ਦੂਸਰੇ ਨੰਬਰ ਤੋਂ ਕਰਦੇ ਹਾਂ। ਲਓ ਭਾਈ ਜਾਨ, ਪਾਣੀ ਪੂਣੀ ਪਾ ਰਹੇ ਸੀਗੇ ਭਾਈ, ਇਹ ਅੱਗੇ
ਬਿਸਮਿਲਲਾ ਹੈਲੋ ਐ ਸਰ ਜੀ ਆ ਗੱਗੂ ਸ਼ਹਿਜ਼ਾਦਾ ਮੇਰਾ ਬੱਬਰ ਸ਼ੇਰ ਪੂਰੇ ਇੱਕ ਸਾਲ ਬਾਅਦ ਆਇਆ ਜੀ ਜੇਠ ਸੀ ਗਿਆ ਸੀਗਾ ਪਿਛਲੇ ਸਾਲ 2023 ਦੇ ਇਸੇ ਸਾਲ ਦੇ ਸ਼ੁਰੂ ਜੀ ਮੇਰਾ ਖਿਆਲ ਗਿਆ ਵਾ ਹਾਂ ਇਸੇ ਸਾਲ ਜੀ ਗਿਆ ਵਾ ਜੇਠ ਸੀ ਗਿਆ ਅਸੂਜਾ ਆ ਗਿਆ ਜੀ ਲਓ ਸਰ ਹੁਣ ਇਹ ਕਾਲ ਕਰਾਂਗੇ ਆਪਾਂ ਫਿਰ ਅਗਲੀ ਰਿਪੋਰਟ ਲੈਂਦੇ ਹਾਂ ਜੀ ਇਹ ਟੈਲੀਫੋਨ ਨੰਬਰ ਵਾਲੀ ਕੜੀ ਨੂੰ ਵੀ ਕੀ ਬਣਿਆ ਸਿਸਟਮ ਜਨਾਬ ਮਿਲਾਤੀ ਆ ਬੰਦੇ ਨੂੰ ਉਹਨੂੰ ਪੁੱਛਦੇ ਹਾਂ ਕਬੂਤਰ ਤੁਹਾਡਾ ਫੜਿਆ ਕੀ ਪਹਿਲਾਂ ਕਿ ਮੇਰਾ ਹੈਗਾ ਮੇਰਾ ਹੀ ਆ ਵਾਲਕਮ ਸਲਾਮ ਕੀ ਹਾਲ ਆ ਭਾਅ ਜੀ ਠੀਕ ਹੋ ਹਾਂਜੀ ਠੀਕ ਠਾਕ ਜੀ ਭਾਅ ਜੀ ਕਿੱਥੋਂ ਬੋਲਦੇ ਹੋ ਭਾਅ ਜੀ ਸ਼ੇਖਾਂ ਵਾਲਿਓ ਜੀ ਸ਼ੇਖਾਂ ਵਾਲਿਓ ਹਾਂਜੀ ਇਹ ਫੈਸਲਾਬਾਦ ਚ ਸ਼ੇਖਾਂ ਵਾਲਾ ਹਾਂਜੀ ਕਿਹੜੀ ਜਗ੍ਹਾ ਤੇ ਆ ਭਾਅ ਜੀ ਸ਼ੇਖਾਂ ਵਾਲਾ ਸਮਨਾਬਾਦ ਸ਼ੇਖਾਂ ਵਾਲਾ ਅੱਛਾ ਆ ਕਬੂਤਰ ਤੁਹਾਡਾ ਇੱਕ ਫੜਿਆ ਜੌਂਸਰਾ ਜੀ ਆ ਜੌਂਸਰਾ ਜੀ ਆ ਅਕਲ ਦੁੰਬਾ ਜੌਂਸਰਾ ਉਹ ਨੀਲਾ ਜਿਹਾ ਫਰੋਜ਼ੀ ਜਿਹਾ ਹਲਕਾ ਜਿਹਾ ਲੱਗਾ ਵਾ ਬੋਂਡੇ ਤੇ ਲੱਗਾ ਵਾ ਤੇ ਬਗਲ ਵਿੱਚ ਮਾੜਾ ਜਿਹਾ ਲੱਗਾ ਪੁਰਾਣਾ ਹਾਂ ਹਾਂ ਪੱਥਰ ਅੱਖਾਂ ਦਾ ਚਿੱਟੀਆਂ ਅੱਖਾਂ ਦਾ ਕਬੂਤਰ ਜੌਂਸਰਾ ਕਲਦੁੰਬਾ ਨੀਲ ਦੁੰਬੇ ਜਿਹਨਾਂ ਨੂੰ ਕਹਿੰਦੇ ਆ ਇਹ ਤੁਸੀਂ ਇਹ ਕਬੂਤਰ ਕਿੱਥੋਂ ਲਿਆ ਸੀਗਾ ਮੈਂ ਤਾਂ ਫੜਿਆ ਇੱਥੋਂ ਰੋਸ਼ਨ ਵਾਲਿਓ ਹਾਂਜੀ ਕਿੱਥੋਂ ਛੇ ਚੱਕ ਕਿੱਥੇ ਆ ਅੱਛਾ 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 ਇਹ ਕਬੂਤਰ ਮੇਰਾ ਗਿਆ ਸੀਗਾ ਜੇਠ ਦੇ ਵਿੱਚ ਇਹ ਵਾਪਸ ਆਇਆ ਵਾ ਮੈਂ ਤਾਂ ਪੁੱਛਣ ਦੇ ਵੀ ਕਿੱਥੋਂ ਆਇਆ ਹੈ ਕਬੂਤਰ ਮੇਰਾ ਨਾਮ ਸਾਕੀ ਸਾਕੀ ਹਾਂਜੀ ਇਹ ਬਾਈਪਾਸ ਤੋਂ ਅੱਗੇ ਆ ਜੀ ਇਹ ਕਬੂਤਰ ਪਿਛਲੇ ਜੇਠ 'ਚ ਗਿਆ ਸੀ ਮੇਰਾ ਹਰ ਬਾਜ਼ੀ ਚੁੜਦਾ ਰਿਹਾ ਕਬੂਤਰ ਇਹ ਮੌਸਮ ਦੀ ਖਰਾਬੀ 'ਚ ਨਿਕਲ ਗਿਆ ਸੀ ਦੂਰ ਅਤੇ ਵਾਪਸ ਆਇਆ ਮਿਹਰਬਾਨੀ ਤੁਹਾਡਾ ਸ਼ੋਅ ਲਓ ਜੀ ਭਾਅ ਜੀ ਆਹ ਜਵਾਬ ਆਇਆ ਜੀ ਲਓ ਜੀ ਭਾਈ ਜਾਨ ਉਹੀ ਕਬੂਤਰ ਨੂੰ ਬਾਹਰ ਕੱਢ ਕੇ ਮੋਰ ਮੋਰ ਲੱਗ ਗਈ ਅਤੇ ਇਹ ਮੈਂ ਪੱਲਾ ਮਾਰਨ ਚੜ੍ਹਿਆ ਛੱਤ 'ਤੇ ਅਤੇ ਮੈਂ ਫਿਰ ਭਾਅ ਜੀ ਪੱਲਾ ਮਾਰਿਆ ਕਬੂਤਰਾਂ ਨੂੰ ਮੋਰ ਦੇ ਵਿੱਚ ਇਹ ਕਬੂਤਰ ਉਸ ਦਿਨ ਬਾਜ਼ੀ ਦੇ ਵਿੱਚ ਮੇਰਾ ਬੈਠਾ ਸੀਗਾ ਮਾਸ਼ਾਅੱਲਾ 4 ਵੱਜ ਗਏ ਅਤੇ ਕਿੰਨੀਆਂ ਮਿੰਟਾਂ ਦੇ ਮੌਸਮ ਮੇਰਾ ਖਿਆਲ ਖਰਾਬ ਹੋ ਗਿਆ ਸੀਗਾ ਬਹੁਤ ਅੱਛੀ ਮਾਸ਼ਾਅੱਲਾ ਮੈਨੂੰ ਪਰਵਾਜ਼ ਦਿੱਤੀ ਇਸ ਪੱਠੇ ਨੇ ਜਨਾਬ ਔਰ ਮੇਰੀ ਰੂਹ ਰਾਜ਼ੀ ਹੋ ਗਈ ਸੀਗੀ ਜੀ ਮੈਂ ਕਿਹਾ ਦੋਸਤਾਂ ਨੂੰ ਪਤਾ ਲੱਗਿਆ ਹੁਣ ਇਹ ਕਬੂਤਰ ਦੇਖੋ ਮੇਰੇ ਕੋਲ 6 ਮਹੀਨਿਆਂ 7 ਮਹੀਨਿਆਂ ਬਾਅਦ ਮੁੜ ਕੇ ਵਾਪਸ ਆ ਗਿਆ ਨਵਾਂ ਲੈਸ ਹੋਇਆ ਮਾਸ਼ਾਅੱਲਾ ਔਰ ਮੈਨੂੰ ਬੜੀ ਖੁਸ਼ੀ ਹੋਈ ਭਾਅ ਜੀ ਕਿ ਮੇਰਾ ਕਬੂਤਰ ਮੁੜ ਕੇ ਆ ਗਿਆ ਅਤੇ ਮੈਂ ਹੁਣ ਦੋਸਤਾਂ ਕੋਲ ਮਸ਼ਵਰਾ ਇਹ ਚਾਹੁੰਦਾ ਦੋਸਤ ਮੇਰੇ ਕਮੈਂਟ ਬੋਕਸ ਦੇ ਵਿੱਚ ਦੱਸਣਗੇ ਕਿ ਸਾਕੀ ਭਾਈ ਇਸ ਕਬੂਤਰ ਨੂੰ ਤੁਸੀਂ ਜ਼ਰਾ 4 ਦਿਨ ਰੋਕੋ ਕਬੂਤਰ ਕਰੀਜ਼ ਪਿਆ ਵਾ ਜਾਂ ਇਹਨੂੰ ਮੈਂ ਦੂਸਰੇ ਤੀਸਰੇ ਦਿਨ ਕੱਢ ਕੇ ਬਾਹਰ ਪੱਲਾ ਮਾਰਨਾ ਸ਼ੁਰੂ ਕਰਦਾ ਤਾਂ ਕਿ ਕਬੂਤਰ ਦਾ ਦਿਲ ਲੱਗੇ ਮੈਂ ਇਹੀ ਚਾਹੁੰਦਾ ਜਨਾਬ ਠੀਕ ਹੈ ਨਾ ਮੇਰਾ ਦਿਲ ਆ ਕੇ ਕਬੂਤਰ ਨੂੰ ਹੁਣ ਮਤਲਬ ਕਿ ਮਿਸਾਲ ਦੇ ਤੌਰ 'ਤੇ ਨਾ ਲੱਗੇ ਇਹ ਪੱਲਾ ਵੱਜਣ ਲੱਗਾ ਜੀ ਦੇਖੋ ਇਹ ਪੱਲਾ ਮਾਰਿਆ ਜੀ ਕਬੂਤਰ ਸਾਰੇ ਚੜ੍ਹ ਜਾਣੇ ਤਾਂ ਅਸਮਾਨੀ ਮਾਸ਼ਾਅੱਲਾ ਇਹ ਲਓ ਜੀ ਬਿਸਮਿਲਲਾ ਜੀ ਕਬੂਤਰ ਵੈਸੇ ਮੇਰਾ ਖਿਆਲ ਹੋ ਗਿਆ ਸੀ ਆਪਣੇ ਅਲਹਮਦੁਲਿਲਾ ਇਹ ਮੈਂ ਤੁਹਾਨੂੰ ਇਸੇ ਜੇਠ ਦੀ ਗੱਲ ਸੁਣ ਕਰਨ ਦਿਆਂ ਜਨਾਬ ਸਾਰੀਆਂ ਜਨਾਬ ਇਹ ਕਬੂਤਰ ਨੂੰ ਅਲੋ ਫਿਰ ਚੜ੍ਹ ਗਿਆ ਕੱਪੜਾ ਡਿੱਗ ਪਿਆ ਟਾਈਮ ਹੋ ਗਿਆ ਭਾਈ ਨੂੰ ਮੋਬਾਈਲ ਫੜਾ ਦਿੱਤਾ ਮੈਂ ਕਿਹਾ ਅੱਲਾ ਫੜ ਲਈ ਭਾਈ ਮੈਂ ਲੱਗਾ ਕੱਪੜਾ ਮਾਰਨ ਇਹ ਤੇਰੀ ਖੈਰ ਬੱਬਰ ਸ਼ੇਰ ਕਬੂਤਰ ਜਾਲ 'ਚ ਮੈਨੂੰ ਪੁੱਛਦੇ ਹੁੰਦੇ ਦੋਸਤ ਜਾਲ 'ਚ ਕਾਹਤੋਂ ਰਹਿੰਦੇ ਭਰਾ ਜੀ ਅਸਲ 'ਚ ਗੱਲ ਪਤਾ ਕਿ 100 ਤੋਂ ਉੱਤੇ ਕਬੂਤਰ ਹੁੰਦਾ ਵਾ ਜਾਲ 'ਚ ਅਸੀਂ ਬਹੁਤ ਵੱਡੇ ਉਸਤਾਦ ਨਹੀਂ ਹੈਗੇ ਜਾਫਰੀਆਂ ਅਸੀਂ ਚਿੜੀ ਮਾਰੀ ਵੀ ਕਰਨੀ ਹੁੰਦੀ ਸ਼ੁਗਲ ਮੇਲਾ ਦੋਸਤਾਂ ਤੋਂ ਹੋਣਾ ਹੁੰਦਾ ਤਾਂ ਕਰਕੇ ਜਾਲ 'ਚ ਕਬੂਤਰ ਰਹਿੰਦੇ ਹੋ ਫਿਰ ਬਾਹਰ ਥੱਲੇ ਕੱਢਣ ਲਈ ਜਗ੍ਹਾ ਨਹੀਂ ਹੈਗੀ ਉੱਤੇ ਥੱਲੇ ਆਉਣ ਲਈ
ਤੇ ਜਾਂ ਦੇ ਵਿੱਚ ਮੋਰਾ ਹੋਵੇ ਕਬੂਤਰ ਥੱਲੇ ਉਤਰਨ ਦੀ ਕਬੂਤਰਾਂ ਦੀ ਜਗ੍ਹਾ ਨਹੀਂ ਹੈਗੀ, ਤਾਂ ਕਰਕੇ ਫਿਰ ਜਾਲ 'ਚ ਮੈਂ ਰਹਿਣ ਦਿੰਦਾ। ਕਬੂਤਰਾਂ ਦੀ ਰੂਟੀਨ ਬਣੀ ਹੁੰਦੀ, ਕਬੂਤਰ ਹਮੇਸ਼ਾ ਬਾਜੀ ਤੁਹਾਡੀ ਉਦੋਂ ਖਰਾਬ ਹੁੰਦੀ ਜੇ ਤੁਸੀਂ ਆਪਣੀ ਰੂਟੀਨ ਖਰਾਬ ਕਰਦੇ। ਮੈਂ ਆਪਣੇ ਕਬੂਤਰਾਂ ਦੀ ਰੂਟੀਨ ਖਰਾਬ ਨਹੀਂ ਕਰਦਾ, ਤਾਂ ਕਰਕੇ ਕਬੂਤਰ ਮੇਰੇ ਆ ਨਾ ਮਾਸ਼ਾਅੱਲਾ ਸਾਰੇ ਕਬੂਤਰ ਤਾਂ ਚੜ ਗਏ ਸੀਗੇ, ਔਰ ਅੱਲਾਹ ਦਾ ਲੱਖ ਲੱਖ ਸ਼ੁਕਰ ਆ। ਉਹ ਦਿਨ ਅੱਛੀ ਮਾਸ਼ਾਅੱਲਾ ਕਬੂਤਰਬਾਜ਼ੀ ਮੇਰੀ ਹੋਈ ਸੀਗੀ ਜੀ। ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ, ਦੁਆਵਾਂ ਯਾਦ ਰੱਖਿਓ। ਪਿਜਨ ਕਾਨੇ ਜਾਂ ਸਬਸਕ੍ਰਾਈਬ ਕਰਿਓ। ਅੱਲਾਹ ਹਾਫਿਜ਼।